ਸਤਿ ਸ਼੍ਰੀ ਅਕਾਲ ਜੀ ਤੁਸੀਂ ਅਜੀਤ ਵਰਤਵੀ ਦਿਖ ਰਹੇ ਹੋ ਦੋਸਤੋ ਮੈਂ ਹਾਂ ਸੌਰਨ ਸਿੰਘ ਟੈਣਾ ਤੇ ਹਰ ਹਫ਼ਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰ ਹਾਂ ਬਾਲੀਵੁੱਡ ਤੇ ਪੋਲੀਵੁੱਡ ਦੀਆਂ ਕਈ ਖਬਰਾਂ ਨੇ ਜਿਹੜੀਆਂ ਸਾਡੇ ਸਾਹਮਣੇ ਨੇ ਤੇ ਉਹਨਾਂ ਦੇ ਵਿੱਚੋਂ ਕੁਝ ਇਹ ਖਬਰਾਂ ਦੇ ਉੱਤੇ ਅਸੀਂ ਪੰਛੀ ਚਾਤ ਪਾਵਾਂਗੇ ਸਭ ਤੋਂ ਪਹਿਲੀ ਵੱਡੀ ਗੱਲ ਇਹ ਹੈ ਕਿ ਗਰਮੀ ਸਿਖਰ ਦੇ ਉੱਤੇ ਹੈ ਤੇ ਗਰਮੀ ਦੇ ਇਹਨਾਂ ਦਿਨਾਂ ਦੇ ਵਿੱਚ ਪੰਜਾਬੀ ਫਿਲਮਾਂ ਵੱਢ ਤੋਂ ਵੱਧ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਅਸੀਂ ਪਿਛਲੇ ਵਰਿਆਂ ਦੇ ਵਿੱਚ ਦੇਖਦੇ ਹਾਂ ਜਦੋਂ ਗਰਮੀ ਦੇ ਦਿਨ ਹੁੰਦੇ ਆ ਮਾਰਚ, ਅਪ੍ਰੈਲ, ਮਈ, ਜੂਨ ਤੇ ਜੁਲਾਈ ਇਹਨਾਂ 4-5 ਮਹੀਨੇ ਦੇ ਵਿੱਚ ਵੱਧ ਤੋਂ ਵੱਧ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਤੇ ਹੁਣ ਇਹ ਰਿਲੀਜ਼ ਹੋਣ ਵਾਸਤੇ ਫੇਰ ਤਿਆਰ ਵਰ ਤਿਆਰ ਜਿਹੜੀਆਂ ਰਿਲੀਜ਼ ਹੋਣ ਵਾਸਤੇ ਤਿਆਰ ਵਰ ਤਿਆਰ ਆ ਉਹਦੇ ਵਿੱਚ ਐਮੀ ਵਿਰਕ ਦੀਆਂ ਫਿਲਮਾਂ ਵੀ ਆ ਦਲਜੀਤ ਦੋਸਾਂ ਦੀਆਂ ਫਿਲਮਾਂ ਵੀ ਆਏ ਇਹਦੇ ਵਿੱਚ ਗਿੱਪੀ ਗਰੇਵਾਲ ਦੀਆਂ ਫਿਲਮਾਂ ਵੀ ਆਏ ਇਹਦੇ ਵਿੱਚ ਹੋਰ ਕਈ ਚੰਗੇ ਕਲਾਕਾਰਾਂ ਦੀਆਂ ਫਿਲਮਾਂ ਉਹਦੇ ਵਿੱਚੋਂ ਕਿੰਨੇ ਫੀਸਦੀ ਸਫਲ ਹੋਣਗੀਆਂ ਕਿੰਨੇ ਫੀਸਦੀ ਅਸਫਲ ਇਹਦੇ ਬਾਰੇ ਤਾਂ ਆਪਾਂ ਅੱਜ ਗੱਲ ਨਹੀਂ ਕਰ ਸਕਦੇ ਪਰ ਇਹ ਹੈ ਵੀ ਦਰਸ਼ਕ ਲਈ ਜਿਹੜੇ ਉਹ ਇਸ ਤਪਦੇ ਮਾਹੌਲ ਦੇ ਵਿੱਚ ਜਦੋਂ ਆਪੋ ਆਪਣੇ ਕੰਮ ਕਾਜ ਤੋਂ ਫ੍ਰੀ ਹੁੰਦੇ ਆ ਤਾਂ ਸਿਨੇਮੇ ਦੇ ਵਿੱਚ ਠੰਡੀ ਹਵਾ ਖਾਣ ਦੇ ਲਈ ਸਹੀ ਜਾ ਆਪਣੇ ਟੱਬਰ ਦੇ ਸਮੇਤ ਸਿਨੇਮਾ ਦੇ ਵਿੱਚ ਜਾਂਦੇ ਰਹੇ ਆ ਤੇ ਜਿਹੜੀਆਂ ਪਰਿਵਾਰਕ ਫਿਲਮਾਂ ਹੋਈਆਂ ਉਹਨਾਂ ਨੂੰ ਹੰਗਾਰਾ ਮਿਲੂਗਾ ਇਸ ਗੱਲ ਦੀ ਆਸ ਹੈ ਪਰ ਜਿਹੜੀਆਂ ਚੰਗੇ ਤੋਂ ਉਲਟ ਫਿਲਮਾਂ ਹੋਈਆਂ ਉਹਦੇ ਨਤੀਜੇ ਵੀ ਚੰਗੇ ਤੋਂ ਉਲਟ ਹੀ ਆਉਣਗੇ ਜਿਹੜੀ ਪਹਿਲੀ ਫਿਲਮ ਆ ਉਹਦੀ ਗੱਲ ਅਸੀਂ ਕਰਦੇ ਆ ਹਿੰਦੀ ਫਿਲਮ ਦੀ ਦਾ ਕਸ਼ਮੀਰ ਫਾਈਲਜ਼ ਕਸ਼ਮੀਰ ਫਾਈਲਜ਼ ਫਿਲਮ ਜਿਹੜੀ ਉਹ ਰਿਲੀਜ਼ ਹੋਈ ਉਹਨੇ 250 ਕਰੋੜ ਰੁਪਏ ਤੋਂ ਉੱਤੇ ਦਾ ਕਾਰੋਬਾਰ ਕਰ ਲਿਆ ਹਾਲਾਂਕਿ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ ਬਹੁਤ ਸਾਰੀਆਂ ਉੱਚੀਆਂ ਸ਼ਖਸੀਤਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਇਹ ਫਿਲਮ ਕਮਾਲ ਦੀ ਆ ਤੇ ਇਹੋ ਜੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਜਿਨ੍ਹਾਂ ਫਿਲਮ ਦੇ ਵਿੱਚ ਕੰਮ ਕੀਤਾ ਉਹਨਾਂ ਦੀ ਘਰਵਾਲੀ ਯਾਨੀ ਕਿ ਕਿਰਨ ਖੇਰ ਅਨਪਮ ਖੇਰ ਦੀ ਘਰਵਾਲੀ ਉਹ ਚੰਡੀਗੜ੍ਹ ਤੋਂ ਸੰਸਦ ਮੈਂਬਰ ਬੀਜੇਪੀ ਦੀ ਤੇ ਅਨਪਮ ਖੇਰ ਜਦੂਨੀ ਭਗਤ ਬੀਜੇਪੀ ਦੇ ਇਸ ਕਰਕੇ ਉਹਨਾਂ ਦੀ ਇਸ ਫਿਲਮ ਦੀ ਸਭ ਤੋਂ ਵੱਧ ਪ੍ਰਸ਼ੰਸਾ ਬੀਜੇਪੀ ਦੀ ਜਿਹੜੇ ਜਿਹੜੇ ਸੂਬੇ 'ਚ ਸਰਕਾਰ ਆ ਉਹਨਾਂ ਨੇ ਕੀਤੀ ਆ ਜਾਂ ਬੀਜੇਪੀ ਦੇ ਵੱਧ ਤੋਂ ਵੱਧ ਆਗੂਆਂ ਨੇ ਕੀਤੀ ਆ ਦਾ ਕਸ਼ਮੀਰ ਫਾਇਰ ਫਿਲਮ ਦੇ ਵਿੱਚ ਕਸ਼ਮੀਰੀ ਪੰਡਤਾਂ ਨੇ ਉੱਤੇ ਹੋਏ ਅਤਿਆਚਾਰ ਦਾ ਜ਼ਿਕਰ ਕੀਤਾ ਗਿਆ ਪਰ ਮੇਰੇ ਮੰਨ ਦਾ ਵਿਚਾਰ ਆ ਵੀ ਇੱਕ ਫਿਲਮ ਪੰਜਾਬ ਫਾਈਲਜ਼ ਵੀ ਬਣਨੀ ਚਾਹੀਦੀ ਹੈ ਤੇ ਇੱਕ ਫਿਲਮ ਸ਼ਾਇਰ ਕਦੇ ਗੋਦਰਾ ਫਾਈਲਜ਼ ਵੀ ਬਣੇ ਇਹਦਾਨੀਆਂ ਫਿਲਮਾਂ ਵੀ ਬਣਨੀਆਂ ਚਾਹੀਦੀਆਂ ਤਾਂ ਜੋ ਹਰ ਗੱਲ ਦੀ ਸੱਚਾਈ ਸਿਨੇਮੇ ਦੇ ਮੂਹਰੇ ਰੂਪਮਾਨ ਹੋਵੇ ਸਿਨੇਮੇ ਦੇ ਰਾਹੀਂ ਸਭ ਦੇ ਸਾਹਮਣੇ ਆਵੇ ਪਰ ਇਦਾਂ ਦੀਆਂ ਫਿਲਮਾਂ ਪਤਾ ਨਹੀਂ ਕਦੋਂ ਬਣਨੀਆਂ ਪੰਜਾਬ ਨੂੰ ਤਾਂ ਬਦਨਾਮ ਕਰਨ ਦੇ ਲਈ ਉੜਤਾ ਪੰਜਾਬ ਵਰਗੀਆਂ ਫਿਲਮਾਂ ਹੀ ਬਣਦੀਆਂ ਉਦਾਂ ਪੰਜਾਬ ਦੇ ਵਿੱਚ ਸੂਰਮਿਆਂ ਦੀ ਘਾਟ ਨਹੀਂ ਰਹੀ ਤੇ ਪੰਜਾਬ ਦੇ ਵਿੱਚ ਅਣਖੀਆਂ ਦੀ ਘਾਟ ਅਜ ਵੀ ਨਹੀਂ ਪਰ ਅਨਪਬਖੀਰ ਹੋਰਾਂ ਨੇ ਆਪਣੀ ਫਿਲਮ ਇੰਡਸਟਰੀ ਦੇ ਉੱਤੇ ਗੁੱਸੇ ਦਾ ਤੋੜਾ ਝਾੜਿਆ ਉਹ ਕਹਿੰਦੇ ਵੀ ਇੱਕ ਸਧਾਰਨ ਜੰਗਲਾਤ ਮਹਿਕਬੇਨ ਵਿੱਚ ਕਲਰਕ ਦਾ ਪੁੱਤ ਜਿਹੜਾ ਕਿ ਨੈਸ਼ਨਲ ਡਰਾਮਾ ਸਕੂਲ ਦਾ ਜਿਹੜਾ ਵਿਦਿਆਰਥੀ ਹੋਵੇ ਜਿਹਨੂੰ ਹਿੰਦੀ ਫਿਲਮਾਂ ਦੇ ਵਿੱਚ ਹੀਰੋ ਵੀ ਨਾ ਮੰਨਿਆ ਜਾਂਦਾ ਹੋਵੇ ਉਹਦੀ ਫਿਲਮ 250 ਕਰੋੜ ਰੁਪਏ ਦਾ ਕਾਰੋਬਾਰ ਕਰ ਜੇ ਤਾਂ ਇਹਦੇ ਉੱਤੇ ਦੇਸ਼ ਨੂੰ ਮਾਣ ਹੋਣਾ ਚਾਹੀਦਾ ਯਾਨੀ ਕਿ ਉਹਨਾਂ ਨੇ ਆਪਣੀ ਗੱਲ ਕੀਤੀ ਆ ਫਿਰ ਉਹਨਾਂ ਨੇ ਅਗਲੀ ਗੱਲ ਕਹੀ ਆ ਕਿ ਜਿੰਨੀ ਦਿਲ ਖੋਲ ਕੇ ਸਿਫਤ ਇਸ ਫਿਲਮ ਦੀ ਕਰਨੀ ਚਾਹੀਦੀ ਸੀ ਸਾਡੀ ਇੰਡਸਟਰੀ ਨੂੰ ਯਾਨੀ ਕਿ ਬਾਲੀਵੁੱਡ ਦੇ ਅਦਾਕਾਰਾਂ ਨੂੰ ਉਨੀ ਨਹੀਂ ਕੀਤੀ ਗਈ ਮਾੜੀ ਜੀ ਫਰਾਖ ਦੇ ਲਈ ਦਿਖਾਓ ਪਰ ਗੱਲ ਅਨੁਪਮ ਖੇਰ ਸਾਹਿਬ ਇਹ ਆ ਵੀ ਫਿਲਮ ਚੱਲੀ ਵਟਤ ਚੰਗੀ ਹੋਈ ਬਹੁਤ ਬਹੁਤ ਵਧੀਆ ਗੱਲਾਂ ਮੁਬਾਰਕਾਂ ਤੁਹਾਨੂੰ ਪਰ ਆਪ ਜੀ ਨੇ ਵੀ ਕਿਹੜੀਆਂ ਕਿੜੀਆਂ ਫਿਲਮਾਂ ਦੀ ਅਜੇ ਤੱਕ ਸਿਫਤ ਕੀਤੀ ਹੈ ਆਪ ਜੀ ਨੇ ਤਾਂ ਵੱਡੇ ਵੱਡੇ ਅਦਾਕਾਰਾਂ ਦੇ ਵਿੱਚ ਨੁਕਸੀ ਕੱਢਿਆ ਜੇ ਕਿਸੇ ਨੇ ਇਹ ਗੱਲ ਕਹੀ ਕਿ ਮੈਨੂੰ ਅੱਜ ਕੱਲ ਇੱਥੇ ਰਹਿਣਾ ਅਸੁਰੱਖਿਅਤ ਲੱਗਦਾ ਉਹਦੇ ਮਨ ਦੇ ਬਲਬਲੇ ਆ ਤਾਂ ਆਪ ਜੀ ਆਪਦੇ ਭਾਈਚਾਰੇ ਦੇ ਖਿਲਾਫ ਹੋ ਕੇ ਸਰਕਾਰ ਦੀ ਬੋਲੀ ਬੋਲੇ ਹੋ ਜੇ ਕਿਸੇ ਨੇ ਇਹ ਗੱਲ ਕਹਤੀ ਕੇ ਭਾਈ ਆਹ ਸਿਨੇਮਾ ਜਿਹੜਾ ਇਉਂ ਨਹੀਂ ਇਹਦੇ ਵਿੱਚ ਆਹ ਗੱਲ ਵੀ ਹੁੰਦੀ ਆ ਤਾਂ ਆਪ ਜੀ ਆਪਦੀ ਫਿਲਮ ਇੰਡਸਟਰੀ ਦੇ ਬੰਦੇ ਦੇ ਖਿਲਾਫ ਬੋਲੇ ਹੋ ਤੁਸੀਂ ਦੂਜੇ ਪਾਸੇ ਖੜ ਗਏ ਹੋ ਵੀ ਜੇਕਰ ਸਰਕਾਰ ਦੇ ਉੱਤੇ ਆਂ ਚਾਊਗੀ ਤਾਂ ਫਿਰ ਮੈਂ ਤੁਹਾਡੇ ਵਾਲੇ ਪਾਸੇ ਨਹੀਂ ਮੈਂ ਸਰਕਾਰ ਵਾਲੇ ਪਾਸੇ ਆ ਤੇ ਹੁਣ ਆਪ ਜੀ ਕਲਾਕਾਰਾਂ ਦੇ ਕੋਲ ਸਿਫਤ ਭਾਲਦੇ ਹੋ ਸੋ ਫਿਲਮ ਚੱਲੀ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਇਹ ਸਭ ਪਾਸੇ ਚੱਲੀ ਆ ਪਰ ਗੱਲ ਇਹ ਆ ਵੀ ਜੇਕਰ ਆਪ ਕਦੇ ਕਿਸੇ ਦੇ ਹੱਕ ਦੇ ਵਿੱਚ ਖੜੇ ਹੋਏਗੇ ਤਾਂ ਅੱਜ ਹਿੰਦੀ ਸਿਨੇਮਾ ਤੁਹਾਡੇ ਹੱਕ ਦੇ ਵਿੱਚ ਖੜਾ ਹੋਵੇ ਆਪਾਂ ਸਰਕਾਰ ਦੀ ਬੋਲੀ ਬੋਲਦੇ ਰਹਿ ਤੇ ਸਰਕਾਰ ਨੇ ਅੱਜ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਸੂਬਿਆਂ ਦੇ ਵਿੱਚ ਫਿਲਮ ਨੂੰ ਟੈਕਸ ਫ੍ਰੀ ਕੀਤਾ ਸੋ ਇਸ ਕਰਕੇ ਜਿਹੜਾ ਜਿਵੇਂ ਦਿੰਦਾ ਓਵੇਂ ਲੈਂਦਾ ਇਕਤ ਦੇ ਤੇ ਇਕ ਹੱਥ ਲੈ ਇਹ ਸਭ ਪਾਸੇ ਦਸਤੂਰ ਹੈ ਸੋ ਮੇਰਾ ਖਿਆਲ ਹੈ ਕਿ ਅਨੁਪਮ ਖੇਰ ਸਾਹਿਬ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਨਹੀਂ ਕਰਨਾ ਚਾਹੀਦਾ ਕਿ ਮੇਰੀ ਦਿਲ ਖੋਲ ਕੇ ਸਿਫਤ ਸਾਡਾ ਖੇਤਰ ਕਿਉਂ ਨਹੀਂ ਕਰ ਰਿਹਾ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਬਹੁਤ ਕੁਝ ਬਦਲਿਆ ਤੇ ਦੀਪ ਸਿੱਧੂ ਵਰਗਾ ਨੌਜਵਾਨ ਬੁਲਾਰਾ ਸੁਗੜ ਸਿਆਣਾ ਆਪਾਂ ਜਾਣਦੇ ਹਾਂ ਕਿ ਵੱਖ-ਵੱਖ ਵਿਸ਼ਿਆਂ ਦੇ ਉੱਤੇ ਆਪਣੇ ਬੋਲ ਤਰਕ ਦੇ ਨਾਲ ਪੇਸ਼ ਕਰਨ ਵਾਲਾ ਸਭ ਦੇ ਮਨ ਦੇ ਵਿੱਚ ਆਪਣੀ ਵੱਖਰੀ ਥਾਂ ਬਣਾ ਗਿਆ ਪਰ ਜਿਸ ਤਰੀਕੇ ਦੇ ਨਾਲ ਦੀਪਸਿੰਧੂ ਦੀ ਮੌਤ ਹੋਈ ਬਹੁਤ ਸਾਰੇ ਦੁੱਖ ਦੇ ਸੁਣੀ ਹੀ ਆਏ ਲੋਕਾਂ ਨੇ ਮੰਨਦੇ ਉੱਤੇ 6 ਵਜੇ ਤੇ ਆਪਾਂ ਜਜ਼ਬਾਤ ਦੀ ਕਦਰ ਕਰਦੇ ਆ ਦੀਪਸਿੰਧੂ ਦੇ ਜਾਣ ਤੋਂ ਬਾਅਦ ਇੱਕ ਗਾਣਾ ਆਇਆ ਜਿਹਦੇ ਵਿੱਚ ਉਹਨਾਂ ਦੇ ਵੱਲੋਂ ਪਾਕਿਸਤਾਨ ਤੇ ਇਧਰਲੇ ਪਾਸੇ ਦੀ ਗੱਲ ਹੈ ਜਿਹੜੀ ਮੁਹੱਬਤ ਦੀ ਗੱਲ ਹੈ ਜਿਹੜੀ ਕੀਤੀ ਗਈ ਉਸ ਗਾਣੇ ਨੂੰ ਚੋਖਾ ਪਿਆਰ ਮਿਲਿਆ ਪਰ ਹੁਣ ਦੀਪਸਿੰਧੂ ਦੀ ਆਖਰੀ ਫਿਲਮ ਜਿਹੜੀ ਉਹ 28 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਹਦਾ ਨਾਮ ਹੈਗਾ ਸਾਡੇ ਵਾਲੇ ਸਾਡੇ ਵਾਲੇ ਦੇ ਵਿੱਚ ਕੀ ਵਿਸ਼ਾ ਹੋਊਗਾ ਇਹ ਤਾਂ ਚਲੋ ਆਉਣ ਵਾਲਾ ਵਕਤ ਦੱਸੂਗਾ ਇਹ ਫਿਲਮ ਕਿੰਨੀ ਕਿ ਸਫਲ ਹੁੰਦੀ ਹੈ ਇਹ ਵੀ ਵਕਤ ਦੱਸੂਗਾ ਪਰ ਦੀਪ ਸਿੱਧੂ ਦੀ ਸਾਡੇ ਵਾਲੇ ਫਿਲਮ ਆਖਰੀ ਫਿਲਮ ਹੈ ਤੇ ਦੀਪ ਸਿੱਧੂ ਦੀ ਇਸ ਫਿਲਮ ਦੇ ਵਿੱਚ ਵੱਖ-ਵੱਖ ਰੰਗਾਂ ਨੂੰ ਕਿਹੜੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਹੋਊਗਾ ਇਹ ਸਮਾਂ ਬਿਆਨ ਕਰੂਗਾ ਜਤਿੰਦਰ ਮੋਹਰ ਦੀ ਨਿਰਦੇਸ਼ਨਾ ਵਾਲੀ ਇਹ ਦੀਪ ਸਿੱਧੂ ਦੀ ਫਿਲਮ ਹੈ ਦੀਪ ਸਿੱਧੂ ਦੀ ਜ਼ੋਰਾ 10 ਨੰਬਰ ਦੀ ਫਿਲਮ ਨੇ ਚੰਗਾ ਨਾਂ ਖਟਿਆ ਸੀ ਦੀਪ ਸਿੱਧੂ ਨੇ ਘੱਟ ਫਿਲਮਾਂ ਕੀਤੀਆਂ ਪਰ ਉਹਦਾ ਨਾ ਫਿਲਮੀ ਖੇਤਰ ਦੇ ਵਿੱਚ ਤੇ ਉਸ ਤੋਂ ਬਾਅਦ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈਣ ਦੇ ਕਰਕੇ ਤੇ ਤਰਕ ਦੇ ਨਾਲ ਵੱਖ-ਵੱਖ ਮੁੱਦਿਆਂ ਦੇ ਉੱਤੇ ਬੋਲਣ ਦੇ ਕਰਕੇ ਇੰਟਰਵਿਊਜ਼ ਕਰਨ ਦੇ ਕਰਕੇ ਭਾਸ਼ਣ ਦੇਣ ਦੇ ਕਰਕੇ ਬੜਾ ਵੱਡਾ ਬਣਿਆ ਸੋ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਭਾਵਕਤਾ ਦਾ ਮੌਕਾ ਵੀ ਹੋਊਗਾ ਜਿਹੜੇ ਉਹਨਾਂ ਦੇ ਪਿਆਰੇ ਆ ਤੇ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਵੀ ਹੋਊ ਕਿ ਸਾਡੇ ਜਿਹੜੇ ਮਹਿਬੂਬ ਕਲਾਕਾਰ ਆ ਉਹਦੀ ਇਹ ਫਿਲਮ ਆ ਇਹ ਫਿਲਮ ਕਿੰਨੀ ਕਵਟਤ ਕਰੂਗੀ ਇਹ ਫਿਲਮ ਕਿੰਨੀ ਕਾਮਯਾਬ ਹੋਊਗੀ ਇਹ ਸਮੇਂ ਨੇ ਬਿਆਨ ਕਰਨਾ ਜੇਕਰ ਅਸੀਂ ਜਾਣੇ ਜਾਣ ਦੀ ਗੱਲ ਕਰੀਏ ਪੰਜਾਬੀ ਗਾਣਿਆਂ ਦੇ ਵਿੱਚ ਗੁੰਡਾਗਰਦੀ ਦੀ ਬੁਰਸ਼ਾਗਰਦੀ ਦੀ ਨਸ਼ੇਵਾਦੀ ਧੱਕੜਸ਼ਾਹੀ ਦੀ ਤਾਂ ਬਹੁਤ ਸਾਰੇ ਗੀਤਾਂ ਦੇ ਬੋਲ ਚੇਤੇ ਆ ਜਾਂਦੇ ਆ ਪਰ ਕਈ ਸਾਡੇ ਦਰਸ਼ਕ ਇਹੋ ਜੇ ਵੀ ਹੁੰਦੇ ਜਿਹੜੇ ਕਹਿੰਦੇ ਲੈ ਗਾਣਾ ਤਾਂ ਗਾਣਾ ਹੁੰਦਾ ਫਿਰ ਕੀ ਹੁੰਦਾ ਪਰ ਮੇਰੇ ਖਿਆਲ ਦੇ ਮੁਤਾਬਕ ਮੈਂ ਅਜ ਵੀ ਇਸ ਗੱਲ ਦੇ ਉੱਤੇ ਖੜਾ ਕਿ ਗਾਣੇ ਨੂੰ ਗਾਣਾ ਨਹੀਂ ਗਾਣੇ ਨੂੰ ਜ਼ਿੰਦਗੀ ਦੇ ਵਿੱਚ ਬਦਲਾਅ ਲਿਆਉਣ ਦੇ ਰੂਪ ਦੇ ਵਿੱਚ ਵੀ ਦੇਖਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਚੰਗੇ ਗੀਤ ਸੁਣ ਕੇ ਲੋਕ ਚੰਗਾ ਬਣਨ ਦੀ ਵੀ ਕੋਸ਼ਿਸ਼ ਕਰਦੇ ਆ ਤੇ ਚੰਗੇ ਗੀਤ ਚੱਲਦੇ ਵੀ ਆ ਤੇ ਮਾੜੇ ਤੇ ਊਟ ਪਟੰਗ ਗੀਤਾਂ ਨਾਲੋਂ ਵੱਧ ਚੱਲਦੇ ਆ ਅੱਜ ਸੁਤਿੰਦਰ ਸਰਤਾਜ ਸੁਪਰ ਡੂਪਰ ਹਿੱਟ ਆ ਅੱਜ ਅਮਰਿੰਦਰ ਗਿੱਲ ਸੁਪਰ ਡੂਪਰ ਹਿੱਟ ਆ ਅੱਜ ਹਰਭਜਨ ਮਾਨ ਦੀ ਗਾਇਕੀ ਕਮਾਲ ਆ ਵਾਰਿਸ ਭਰਾਵਾਂ ਨੂੰ ਹਰ ਕੋਈ ਸੁਣਦਾ ਹੋਰ بڑے ਕਲਾਕਾਰ ਕੰਵਰ ਗਰੇਵਾਲ ਵਰਗੇ ਕਲਾਕਾਰ ਇਸ ਪਾਲ ਦੇ ਵਿੱਚ ਆ ਜਿਨ੍ਹਾਂ ਨੇ ਕਦੇ ਮਾੜਾ ਗੀਤ ਗਾਇਆ ਹੀ ਨਹੀਂ ਪਰ ਉਹ ਸੁਪਰਸਟਾਰ ਆ ਉਹਨਾਂ ਦੀ ਇੱਜ਼ਤ ਹਰ ਕੋਈ ਕਰਦਾ ਦੂਜੇ ਪਾਸੇ ਉਹ ਢਕੀਲੇ ਨਾਥ ਆ ਜਿਨ੍ਹਾਂ ਨੇ ਕਦੇ ਵੀ ਚੱਜਲੀ ਗੱਲ ਨਹੀਂ ਕੀਤੀ ਜੇ ਕੀਤੀ ਆ ਤਾਂ ਇੱਕ ਵਾਰ ਦਾ ਗਾਣਾ ਚੱਜਦਾ ਕਰਕੇ ਬਾਅਦ ਵਿੱਚ ਫਿਰ ਉਹੀ ਤੂੰ ਵੀ ਡੱਡਾ ਪਾ ਲਿਆ ਤੇ ਉਹਨਾਂ ਨੂੰ ਬਾਅਦ ਵਿੱਚ ਜਦੋਂ ਹਿੰਸਾ ਦੇ ਗੀਤ ਗਾਉਂਦੇ ਆ ਬੁਰਸ਼ਾ ਕਰਦੀ ਦੇ ਗੀਤ ਗਾਉਂਦੇ ਆ ਮਾਰ ਦੇਾਂਗੇ ਵੱਢ ਦੇਾਂਗੇ ਟੁੱਕ ਦੇਾਂਗੇ ਬਦਮਾਸ਼ ਹੁੰਨੇ ਆ ਗੈਂਗਸਟਰ ਹੁੰਨੇ ਆ ਤੇ ਜਦੋਂ ਉਹਨਾਂ ਨੂੰ ਖੁਦ ਨੂੰ ਗੈਂਗਸਟਰਾਂ ਦਾ ਫੋਨ ਆਉਂਦਾ ਤੇ ਫਿਰ ਉਹਨਾਂ ਦੇ ਪਜਾਮੇ ਗਿੱਲੇ ਹੁੰਦੇ ਆ ਮੈਂ ਇਹ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਸਮੇਂ ਸਮੇਂ ਦੇ ਉੱਤੇ ਕਈ ਕਲਾਕਾਰਾਂ ਨੂੰ ਗੈਂਗਸਟਰਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਇਹ ਖਬਰਾਂ ਮੀਡੀਆ ਦੇ ਵਿੱਚ ਆਉਂਦੀਆਂ। ਮਨਕੀਰ ਤੌਲਖ ਨੇ ਹੁਣ ਤੱਕ ਇੱਕ ਦਰਜਨ ਦੇ ਕਰੀਬ ਨਸ਼ਾ ਵਾਲੇ ਹਥਿਆਰਾਂ ਵਾਲੇ ਪੇਸ਼ ਕੀਤੇ ਆ ਪਰ ਜਦੋਂ ਇਹ ਖਬਰਾਂ ਆਉਣ ਲੱਗ ਪਈਆਂ ਕਿ ਮਨਕੀਰ ਤੌਲਖ ਨੂੰ ਗੈਂਗਸਟਰ ਗਰੁੱਪ ਦੀ ਧਮਕੀ ਆਈ ਹੈ ਤਾਂ ਫਿਰ ਸਿਕਿਉਰਟੀ ਵੀ ਮੰਗਦੇ ਫਿਰਦੇ ਸੀ। ਮੇਰਾ ਕਹਿਣ ਦਾ ਮਤਲਬ ਇਹ ਹੈ ਜੀ ਕਿ ਸਾਰੇ ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੇ ਵਿੱਚ ਰਹਿਣ, ਗੁੰਡਾਗਰਤੀ ਨੂੰ ਉਤਸ਼ਾਹਤ ਨਾ ਕਰਨ, ਨਸ਼ੇ ਨੂੰ ਪ੍ਰੋਮੋਟ ਨਾ ਕਰਨ। ਗੀਤ ਗਾਉਣੇ ਆ ਗੀਤ ਗਾਉਣ ਸੋਬਰ ਗੀਤ ਗਾਉਣ ਕਮਾਉਣ ਖਾਉਣ ਜੂ ਮਰਜ਼ੀ ਕਰੋ ਪਰ ਗੱਲ ਇਹ ਆ ਵੀ ਜੇਕਰ ਤੁਸੀਂ ਬਦਮਾਸ਼ ਹੋ ਜੇਕਰ ਤੁਸੀਂ ਇਹ ਗੱਲ ਕਹਿੰਦੇ ਵੀ ਯਾਰ ਤੇਰਾ ਐ ਕਰਕੇ ਛੱਡਦਾ ਯਾਰ ਤੇਰਾ ਤੰਨ ਕੇ ਰੱਖ ਦਿੰਦਾ ਯਾਰ ਤੇਰਾ ਵੜ ਦਿੰਦਾ ਯਾਰ ਤੇਰਾ ਐ ਕਰਦਾ ਜੇਲ੍ਹਾਂ ਦੇ ਵਿੱਚੋਂ ਫੋਨ ਆਉਂਦੇ ਹੁੰਦੇ ਆ ਤੇ ਫਿਰ ਇੱਕ ਫੋਨ ਆਉਣ ਤੋਂ ਬਾਅਦ ਆਪਜੀ ਭਜਨਠ ਦੇ ਵਿੱਚ ਕਿਹੜੀ ਗੱਲੋਂ ਪੈ ਜਾਂਦੇ ਹੋ ਬੇਨਤੀ ਸਿਰਫ ਇਹ ਆ ਕਿ ਚੰਗੇ ਗੀਤਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਬਹੁਤ ਸਾਰੇ ਪੰਜਾਬੀ ਕਲਾਕਾਰ ਚੰਗੇ ਗੀਤ ਵੀ ਗਾਉਂਦੇ ਆ ਪਰ ਕਈ ਇਹੋ ਜਿਹੇ ਵੀ ਗੀਤ ਗਾ ਦਿੰਦੇ ਆ ਕਿ ਜਦੋਂ ਬਾਅਦ ਦੇ ਵਿੱਚ ਖੁਦ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਫਿਰ ਉਹ ਕਹਿੰਦੇ ਸਾਨੂੰ ਸਿਕਿਉਰਟੀ ਮਿਲਣੀ ਚਾਹੀਦੀ ਆ ਸੋ ਗਾਇਕ ਜਿਹੜੇ ਪੰਜਾਬੀ ਦੇ ਨੇ ਉਹ ਫੁਕਰਾ ਕਰਦੀ ਤੋਂ ਬਾਅਦ ਆਉਣ ਚੰਗੇ ਗੀਤਾਂ ਨਹੀਂ ਪੇਸ਼ਕਾਰੀ ਕਰਨ ਮਾੜੇ ਗੀਤਾਂ ਵਾਲੀ ਗੱਲ ਨਾ ਕਰਨ ਜੇ ਆਪਾਂ ਇਹ ਗੱਲ ਕਹਿੰਦੇ ਵਿਊ ਵਧਦੇ ਆ ਵਿਊ ਵਧਦੇ ਆ ਬਹੁਤ ਕੁਝ ਦੇ ਵਧਦੇ ਆ ਵਿਊ ਗੰਦਮੰਦ ਦੇ ਹੋਰ ਬੜੇ ਦੇ ਵਧਦੇ ਆ ਪਰ ਆਪਾਂ ਸਮਾਜ ਨੂੰ ਦੇਖ ਕੇ ਕੀ ਜਾਣਾ ਆਪਾਂ ਪੇਸ਼ ਕੀ ਕਰਦੇ ਆ ਆਪਾਂ ਕੀ ਕਮਾਉਣਾ ਜ਼ਿੰਦਗੀ ਦੇ ਵਿੱਚ ਇਹਦੇ ਵੱਲ ਵੀ ਖਿਆਲ ਕਰਨਾ ਚਾਹੀਦਾ ਇਹ ਤਾਂ ਜਾਣਾ ਇਹ ਹੇਠਾਂ ਆ ਜਾਣਾ ਬਣਿਆ ਆਇਆ ਦੁਨੀਆ ਦੇ ਉੱਤੇ ਕੋਈ ਵੀ ਸੁਪਰਸਟਾਰ ਹਮੇਸ਼ਾ ਨਹੀਂ ਰਹਿੰਦਾਗਾ ਸੋ ਇਸ ਕਰਕੇ ਕਲਾਕਾਰਾਂ ਨੂੰ ਬੇਨਤੀ ਹੈ ਆ ਮੈਨੂੰ ਪਿਛਲੇ ਦਿਨੀ ਹੈਰਾਨੀ ਹੋਈ ਪਤਾ ਲੱਗਾ ਜੀ ਕਿ ਐਡੀ ਜੀਪੀ ਸਾਹਿਬ ਨੇ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਸਾਹਿਬ ਨੂੰ ਕਿ ਭਾਈ ਤੁਹਾਡੇ ਖੇਤਰ ਦੇ ਵਿੱਚ ਡੀਜੇ ਦੇ ਉੱਤੇ ਹਿੰਸਕ ਤੇ ਨਸ਼ੇ ਵਾਲੇ ਗੀਤ ਨਹੀਂ ਵੱਜਣੇ ਚਾਹੀਦੇ ਹੁਣ ਕੱਲਾ ਕੱਲਾ ਪੁਲਿਸ ਮੁਲਾਜ਼ਮ ਜਾ ਕੇ ਡੀਜੇ ਦੇ ਉੱਤੇ ਗਾਣੇ ਕਿਵੇਂ ਚੈੱਕ ਕਰ ਸਕਦਾ ਤੇ ਨਾਲੇ ਇਹ ਤਾਂ ਗੱਲਾਂ ਬੜੇ ਲੰਮੇ ਸਮੇਂ ਤੋਂ ਹੋ ਰਹੀਆਂ ਤੇ ਜਿਹੜੇ ਕਲਾਕਾਰਾਂ ਨੂੰ ਰੋਕਣਾ ਚਾਹੀਦਾ ਤੇ ਉਹਨਾਂ ਨੂੰ ਨਾਲ ਜੋੜ ਕੇ ਕਲਾਕਾਰਾਂ ਨੂੰ ਚਲਦੇ ਆ ਸਾਡੇ ਰਾਜਨੀਤਿਕ ਪਾਰਟੀਆਂ ਦੇ ਆਗੂ ਸੋ ਮੈਨੂੰ ਹੈਰਾਨੀ ਹੁੰਦੀ ਹੈ ਇਸ ਗੱਲ ਦੀ ਵੀ ਭਾਈ ਇਹ ਗੋਗਲਗੋ ਤੋਂ ਮਿੱਟੀ ਜੀ ਕਿਉਂ ਝੜ ਰਹੀ ਹੈ ਪਰ ਅਸੀਂ ਆਸ ਕਰਦੇ ਆ ਕਿ ਐਡੀ ਜੀਪੀ ਸਾਹਿਬ ਦੇ ਵੱਲੋਂ ਜਿਹੜੇ ਹੁਕਮ ਜਾਰੀ ਕੀਤੇ ਗਏ ਆ ਸ਼ਾਇਦ ਐਤ ਕੀ ਇਹਨਾਂ ਦੇ ਉੱਤੇ ਅਮਲ ਵੀ ਹੋਵੇ ਮੇਰੀ ਬੇਨਤੀ ਲੋਕਾਂ ਨੂੰ ਵੀ ਹੈ ਦਰਸ਼ਕਾਂ ਨੂੰ ਵੀ ਹੈ ਕਿ ਚੰਗਾ ਸੁਣੋ ਚੰਗਾ ਸੁਣਾਓ ਚੰਗੇ ਦੀ ਕਦਰ ਕਰੋ ਤੇ ਜਿਹੜਾ ਊਠ ਪਟੰਗਾ ਉਹਨੂੰ ਨਕਾਰ ਦਿਓ ਸਵਾਦ ਲੈ ਲੈ ਕੇ ਨਾ ਸੁਣੋ ਬੇਨਤੀ ਆ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਅਗਲੇ ਹਫਤੇ ਮਨੋਰੰਜਕ ਦੁਨੀਆਂ ਤਹਿਤ ਕੁੱਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆ ਗਿਆ ਦਿਓ ਬਹੁਤ ਬਹੁਤ ਮਿਹਰਬਾਨੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫਾਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲ ਇਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ